ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਦਿੱਲੀ ਚੱਲ ਰਹੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਜੋ ਕਿਸਾਨ ਸਭਾਵਾਂ ਹੋ ਰਹੀਆਂ ਨੇ, ਕਿਸਾਨ ਪੰਚਾਇਤਾਂ ਹੋ ਰਹੀਆਂ ਨੇ, ਉਸ ਲੜੀ ਤਹਿਤ ਇੱਕ ਕਿਸਾਨ ਮਹਾਂਸਭਾ ਰੱਖੀ ਗਈ ਆ ਸ਼ਹੀਦ ਭਗਤ ਸਿੰਘ ਦੇ ਨਗਰ ਖਟਖੜ ਕਲਾਂ ਵਿਖੇ, ਜੋ ਕਿ 23 ਮਾਰਚ ਦੀ ਹੈ। ਔਰ ਉਹ ਜਿਹੜੀ ਮਹਾਂਸਭਾ, ਉਹਦਾ ਟਾਈਮ ਹੈਗਾ ਸਵੇਰੇ 10 ਵਜੇ ਤੋਂ 4 ਵਜੇ ਤੱਕ। ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਸਾਰੇ ਵਹੀਰਾਂ ਤੱਤ ਕੇ ਇਸ ਮਹਾਂਸਭਾ 'ਚ ਪਹੁੰਚੋ। ਇਹ ਕਿਸਾਨ ਮਹਾਂਸਭਾ ਦਿੱਲੀ ਮੋਰਚੇ ਨੂੰ ਤਕੜਾ ਕਰਨ ਲਈ ਵੀ ਹੈ, ਅਤੇ ਸ਼ਹੀਦ ਭਗਤ ਸਿੰਘ ਜੀ ਨੂੰ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਵੀ ਹੋਵੇਗੀ ਕਿਸਾਨਾਂ ਵੱਲੋਂ, ਕਿਉਂਕਿ ਹਰ ਸਾਲ ਪੋਲੀਟੀਕਲ ਲੋਕ ਕਰਿਆ ਕਰਦੇ ਸਨ, ਇਸ ਵਾਰ ਕਿਸਾਨ ਉੱਥੇ ਮਹਾਂਸਭਾ ਕਰ ਰਹੇ ਨੇ। ਸੋ ਇਹ ਹੋਣੀ ਹੈ, ਬਿਲਕੁਲ ਆਮ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਡੀਸੀ ਨੇ ਮਨਜ਼ੂਰੀ ਨਹੀਂ ਦਿੱਤੀ, ਇਹ ਕਿਸਾਨ ਮਹਾਂਸਭਾ ਨਹੀਂ ਹੋਏਗੀ। ਬਿਲਕੁਲ ਇਹ ਝੂਠੀਆਂ ਅਫਵਾਹਾਂ 'ਚ ਜਾਣ ਦੀ ਲੋੜ ਨਹੀਂ, ਮਹਾਂਸਭਾ ਹੋਏਗੀ ਬਿਲਕੁਲ। ਅਸੀਂ ਕਿਸੇ ਸਾਨੂੰ ਨਾ ਮਨਜ਼ੂਰੀ ਦੇ ਅਸੀਂ ਮੁਹਤਾਜ ਹਾਂ, ਨਾ ਕਿਸੇ ਦੀ ਮਨਜ਼ੂਰੀ ਨੂੰ ਮੰਨਦੇ ਹਾਂ। ਅਤੇ ਕੇਵਲ 23 ਤਰੀਕ ਨੂੰ ਸਾਰੇ ਕਿਸਾਨ ਵੀਰ, ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਹੈ, ਉਹ ਵਹੀਰਾਂ ਕੱਟ ਕੇ ਉੱਥੇ 10 ਵਜੇ ਖਟਖੜ ਕਲਾਂ ਵਿਖੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਖਟਖੜ ਕਲਾਂ ਵਿਖੇ ਆਏ ਸੀ, ਜੋ ਕਿ ਕੱਲ 23 ਤਰੀਕ ਨੂੰ 23 ਮਾਰਚ ਨੂੰ ਖਟਖੜ ਕਲਾਂ ਵਿਖੇ ਕਿਸਾਨ ਮਹਾਂਸਭਾ ਹੁਣ ਜਾ ਰਹੀ ਹੈ, ਉਹਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ। ਸੋ ਆ ਤੁਸੀਂ ਵੇਖ ਸਕਦੇ ਆ ਕਿ ਸਾਰਾ ਜਿਹੜਾ ਪੰਡਾਲ ਲੱਗ ਚੁੱਕਾ, ਸਟੇਜ 20x80 ਫੁੱਟ ਦੀ ਸਟੇਜ ਲੱਗੀ ਆ ਵੱਡੀ, ਔਰ ਸਾਊਂਡ ਦੀ ਗੱਡੀ ਆ ਕੇ ਖੜ ਗਈ ਹੈ। ਔਰ ਤੁਸੀਂ ਵੇਖ ਰਹੇ ਹੋ ਕਿ ਸਾਰੇ ਟੈਂਟ ਜਿਹੜੇ ਲੱਗ ਗਏ ਨੇ, ਬੈਰੀਕੇਡ ਲੱਗ ਗਏ ਨੇ, ਪੂਰੀਆਂ ਮੁਕੰਮਲ ਤਿਆਰੀਆਂ ਜਿਹੜੀਆਂ। ਇੱਧਰ ਪਿੱਛੇ ਵਿਖਾਓ, ਪਿੱਛੇ ਤੱਕ ਇਹ ਪੰਡਾਲ ਵੱਡਾ ਪੰਡਾਲ ਲੱਗਾ, ਇਹ ਲਗਭਗ ਕਹਿ ਸਕਦੇ ਹਾਂ 300x400 ਫੁੱਟ ਦਾ। ਔਰ ਇਸ ਦੇ ਵਿੱਚ ਇਹ 4 ਕਿੱਲਿਆਂ ਦੇ ਵਿੱਚ ਇਹ ਜਿਹੜੀ ਬਣਾਈ ਗਈ ਆ ਜਗ੍ਹਾ, ਗਰਾਊਂਡ ਜਿਹਦੇ ਵਿੱਚ ਇਹ ਕਿਸਾਨ ਮਹਾਂਸਭਾ ਹੋਣੀ ਹੈ। ਸੋ ਇਹਦੀਆਂ ਮੁਕੰਮਲ ਤਿਆਰੀਆਂ ਹੋ ਗਈਆਂ ਨੇ, ਪ੍ਰਸ਼ਾਸਨਿਕ ਅਧਿਕਾਰੀ ਵੀ ਸਾਡੇ ਕੋਲ ਸਾਰੇ ਆਏ ਹੋਏ ਨੇ, SP ਸਾਹਿਬ ਆਏ ਨੇ, DSP ਸਾਹਿਬ ਆਏ ਨੇ ਲੋਕਲ, ਉਹ ਜਾਇਜ਼ਾ ਲੈਣ ਵਾਸਤੇ SSP ਸਾਹਿਬ ਵੀ ਆ ਕੇ ਗਏ ਨੇ। ਸੋ ਇਹ ਜਿਹੜਾ ਕੱਲ੍ਹ ਦਾ ਮਹਾਂਸਭਾ ਜਿਹੜੀ ਆ ਇੱਕ ਮਿਸਾਲ ਹੋਏਗੀ, ਔਰ ਇਹ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਆਪਾਂ ਕਿ ਪੂਰੇ ਪੰਜਾਬ 'ਚ ਹੀ ਨਹੀਂ, ਪੂਰੇ ਵਰਲਡ ਜਿੱਥੇ ਜਿੱਥੇ ਪੰਜਾਬੀ ਬੈਠਾ, ਜਿਹੜਾ ਕਿਤੇ ਨਾ ਕਿਤੇ ਜਿਹਨਾਂ ਦਾ ਮਨ ਨਿਰਾਸ਼ ਸੀ ਕਿ ਕੁਛ ਵੱਖਰੇਵੇਂ ਪੈਦਾ ਹੋਏ ਨੇ, ਕੱਲ੍ਹ ਨੂੰ ਇਹ ਨਜ਼ਰ ਆਏਗਾ ਕਿ ਇੱਥੇ ਪੰਥਕ ਸ਼ਖਸੀਅਤਾਂ ਸਾਡੀਆਂ ਜਿਹੜੀਆਂ ਲੈਫਟ ਵਾਲੀਆਂ ਜਥੇਬੰਦੀਆਂ ਨੇ, ਕਿਸਾਨ ਉਹਨਾਂ ਦੇ ਆਗੂ ਔਰ ਨੌਜਵਾਨ ਆਗੂ ਸਾਰੇ ਹੀ ਲਗਭਗ ਇੱਥੇ ਨਜ਼ਰ ਆਉਣਗੇ, ਕਲਾਕਾਰ ਵੀਰ ਨਜ਼ਰ ਆਉਣਗੇ ਔਰ ਵੱਡੇ ਸਿੰਗਰ ਨਜ਼ਰ ਆਉਣਗੇ। ਸੋ ਇਹ ਪੂਰੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਨੇ, ਇਹ ਕੱਲ੍ਹ ਹੁਣ ਜਿਹੜੀ ਇਹ ਕਿਸਾਨ ਮਹਾਂਸਭਾ ਹੁਣ ਜਾ ਰਹੀ ਆ। ਹੁਣ ਇਹ ਬੇਨਤੀ ਕਰਦੇ ਹਾਂ ਕਿ ਕੱਲ੍ਹ ਖਟਖੜ ਕਲਾਂ ਵਿਖੇ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਹੋਵੇ ਮੀਡੀਆ ਰਾਹੀਂ, ਉਹ ਸਾਰੇ ਹੀ ਕਿਰਪਾ ਨਾਲ ਇੱਥੇ ਪਹੁੰਚਣ, ਔਰ ਇਹ 10 ਵਜੇ ਜਿਹੜੀ ਕਿਸਾਨ ਮਹਾਂਸਭਾ ਸ਼ੁਰੂ ਹੋਏਗੀ, 4 ਵਜੇ ਤੱਕ ਚੱਲੇਗੀ। ਸੋ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਇੱਥੇ ਹੁਮ ਹੁਮਾ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।